ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਲਗਾਤਾਰ ਵਿਵਾਦਾਂ ਵਿੱਚ ਬਣੀ ਹੋਈ ਹੈ, ਜਿਸ ਨੂੰ ਲੈ ਕੇ ਅੱਜ ਵੀ ਸਿੱਧੂ ਤੇ ਲਗਾਤਾਰ ਸ਼ਬਦੀ ਹਮਲੇ ਹੋ ਰਹੇ ਨੇ। ਇਸ ਸਬੰਧ ਵਿੱਚ ਕਾਂਗਰਸ ਦੇ ਸਾਬਕਾ ਨੇਤਾ ਮਨਦੀਪ ਸਿੰਘ ਮੰਨਾ ਨੇ ਸਿੱਧੂ ਤੇ ਇੱਕ ਵਾਰ ਫਿਰ ਹਮਲਾ ਬੋਲਦਿਆਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਨੂੰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਸਿੱਧੂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਸਿੱਧੂ ਨੇ ਸਾਰਿਆਂ ਨੂੰ ਗੁੰਮਰਾਹ ਕੀਤਾ। ਇਸ ਬੰਦੇ ਨੇ ਲੋਕਾਂ ਦੇ ਵਿੱਚ ਇੱਕ ਝੂਠੀ ਆਸ ਜਗਾਈ, ਜਿੰਨੇ ਵੀ ਬਾਬਾ ਨਾਨਕ ਦੇ ਫੋਲੋਅਰ ਨੇ ਉਹਦੇ ਨਾਲ ਨਾਲ ਲੋਕਾਂ ਦੇ ਮਨ ਦੇ ਵਿੱਚੋਂ ਵਿਸ਼ਵਾਸ ਉੱਠਿਆ। ਇਹਦੇ ਉੱਤੇ ਇਹਨੇ ਲੋਕਾਂ ਨਾਲ ਖਿਲਵਾੜ ਕੀਤਾ, ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਦੁਸ਼ਮਣ ਮੁਲਕ ਜਾ ਕੇ ਇਹਨੇ ਬਿਨਾਂ ਇਜਾਜ਼ਤ ਤੋਂ ਗੱਲਬਾਤ ਕੀਤੀ ਔਰ ਦੇਸ਼ ਦੀ ਬੇਇੱਜ਼ਤੀ ਕਰਵਾਈ। ਇੰਨੀ ਦੁਸ਼ਮਣੀ ਹੋਣ ਦੇ ਬਾਵਜੂਦ ਦੁਸ਼ਮਣ ਦੇਸ਼ ਦੇ ਸੋਹਲੇ ਗਏ ਔਰ ਭਾਰਤੀ ਫੌਜ ਦਾ ਜਿਹੜਾ ਮਨੋਬਲ ਡਿੱਗ ਗਿਆ ਉਹਦੇ ਬਾਰੇ ਸਾਡੇ ਦੇਸ਼ ਦੇ ਰੱਖਿਆ ਮੰਤਰੀ ਮੈਡਮ ਸੀਤਾਰਮਨ ਨੇ ਵੀ ਬਿਆਨ ਦਿੱਤਾ ਕਿ ਸਿੱਧੂ ਸਾਹਿਬ ਦੀ ਪਾਕ ਫੌਜ ਮੁਖੀ ਦੇ ਨਾਲ ਜੱਫੀ ਪਾਉਣ ਨਾਲ ਸਾਡੇ ਦੇਸ਼ ਦੇ ਫੌਜੀਆਂ ਦਾ ਮਨੋਬਲ ਡਿੱਗਿਆ। ਔਰ ਜਿਹੜੀ ਮੈਂ ਕੰਪਲੇਂਟ ਕੀਤੀ ਹੈ ਉਹ ਜਾਂਚ ਦਾ ਵਿਸ਼ਾ, ਉਹ ਕੰਪਲੇਂਟ ਮੈਂ ਰੱਖਿਆ ਮੰਤਰੀ ਨੂੰ ਵੀ ਭੇਜਣ ਲੱਗਾ ਔਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ, ਪ੍ਰਧਾਨ ਮੰਤਰੀ ਨੂੰ ਵੀ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿ ਪਾਕਿਸਤਾਨ ਨਾਲ ਇਹਦੀ ਕੋਈ ਅੰਡਰਸਟੈਂਡਿੰਗ ਹੋਈ ਹੈ ਕਿ ਸਾਨੂੰ ਚਿੱਠੀ ਲਿਖਾ ਕੇ ਦੇ ਭਾਰਤ ਕੋਲੋਂ ਤਾਂ ਜੋ ਭਾਰਤ ਨੂੰ ਨੀਵਾਂ ਵਿਖਾਇਆ ਜਾ ਸਕੇ, ਜੋ ਇਹ ਨਹੀਂ ਕਰ ਸਕਿਆ।